ਇਕਾਸ ਔਮਨ ਹੈਲਪਲਾਈਨ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਪ੍ਰਧਾਨ ਸਿੰਮੀ ਚੋਪੜਾ ਪਛਾਣ ਦੀ ਅਗਵਾਈ 'ਚ ਧੀਆਂ ਦੀ ਲੋਹੜੀ ਮੁੱਲਾਂਪੁਰ ਵਿਖੇ ਮਨਾਈ। ਇਸ ਵਿੱਚ 7 ਧੀਆਂ ਦੀ ਲੋਹੜੀ ਪਾਈ ਗਈ ਅਤੇ ਬੱਚਿਆਂ ਨੂੰ ਸੂਟ ਵੰਡੇ ਗਏ। ਉੱਥੇ ਹੀ ਗਰੀਬ ਲੋੜਵੰਦਾਂ ਨੂੰ 100 ਕੰਬਲ ਵੀ ਵੰਡੇ ਗਏ। ਇਸ ਮੌਕੇ ਪ੍ਰਧਾਨ ਸਰਬਜੋਤ ਕੌਰ ਬਰਾੜ ਅਤੇ ਸਿੰਮੀ ਚੋਪੜਾ ਨੇ ਕਿਹਾ ਕਿ ਧੀਆਂ ਘਰ ਦੀ ਰੌਣਕ ਹੁੰਦੀਆਂ ਨੇ, ਇਹਨਾਂ ਨੂੰ ਪੁੱਤਰ ਵਾਂਗ ਪਿਆਰ ਕਰੋ ਅਤੇ ਕੁੜੀ ਮੁੰਡੇ 'ਚ ਫਰਕ ਦੇ ਪਾੜੇ ਨੂੰ ਦੂਰ ਕਰਕੇ ਧੀਆਂ ਨੂੰ ਬਣਦਾ ਸਨਮਾਨ ਦਿਓ। ਇਸ ਮੌਕੇ 'ਤੇ ਮੁਟਿਆਰਾਂ ਵੱਲੋਂ ਗਿੱਧਾ ਪਾ ਕੇ ਧਮਾਲਾਂ ਵੀ ਪਾਈਆਂ ਗਈਆਂ। ਇਸ ਸਮਾਰੋਹ ਦੇ ਵਿੱਚ ਵਿਨਾਇਕ ਪਛਾਣ, ਵੀਨਾ ਬਾਬਾ, ਨਰਿੰਦਰ ਕੌਰ, ਰਚਨਾ ਕਪੂਰ, ਰਿਤੂ ਅਨੁਕਾਲੀਆ ਅਤੇ ਹੋਰ ਮੁਟਿਆਰਾਂ ਹਾਜ਼ਰ ਸਨ। ਦੇਖੋ ਇਸੇ ਤਰ੍ਹਾਂ ਜਿਹੜੀ ਧੀਆਂ ਦੀ ਲੋਹੜੀ ਹੈਗੀ ਹੈ ਉਹ ਸਭ ਨੂੰ ਮਨਾਉਣੀ ਚਾਹੀਦੀ ਹੈਗੀ ਹੈ। ਅੱਜ ਕੱਲ੍ਹ ਲੜਕੀਆਂ ਦੇ ਵਿੱਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ। ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਦੇ ਆ ਲੜਕਿਆਂ ਦਾ ਅਸੀਂ ਸੈਲੀਬ੍ਰੇਟ ਕਰਦੇ ਹਾਂ ਆਪਣੇ ਤਿਉਹਾਰ, ਉਸੇ ਆਪਣੀ ਲੜਕੀਆਂ ਦੇ ਵੀ ਕਰਨੇ ਚਾਹੀਦੇ ਹੈ। ਔਰ ਵੱਧ ਤੋਂ ਵੱਧ ਜੋ ਵੀ ਅਸੀਂ ਹੋ ਸਕੇ ਆਪਣੀ ਸ਼ਮਤਾ ਦੇ ਅਨੁਸਾਰ ਆਪਣੇ ਇਹਨਾਂ ਲੋਕਾਂ ਦੇ ਵਾਸਤੇ ਜੋ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰ ਸਕੀਏ ਸਮਾਨ, ਜਾਂ ਜਿਸ ਤਰ੍ਹਾਂ ਸਰਦੀ ਦੇ ਵਿੱਚ ਕੱਪੜੇ ਜਾਂ ਕੰਬਲ ਜਾਂ ਹੋਰ ਰਜਾਈਆਂ ਜੋ ਅਸੀਂ ਪ੍ਰੋਵਾਈਡ ਕਰ ਸਕੀਏ ਇਹਨਾਂ ਨੂੰ ਜ਼ਰੂਰ ਡਿਸਟ੍ਰੀਬਿਊਟ ਕਰਨਾ ਚਾਹੀਦਾ।